ਹਵੇਲੀ ਆ ਗਏ ਹਾਂ, ਅਤੇ ਅਸੀਂ ਹਵੇਲੀ ਵਲੋਗ ਸ਼ੁਰੂ ਕਰਦੇ ਹਾਂ। ਬਾਕੀ ਅੱਬੂ ਹੁਣੀ ਮੱਝਾਂ ਲੈ ਗਏ ਹੀ ਆ, ਮੱਝਾਂ ਲੈ ਕੇ ਬੁਗੇ ਨਾਲ ਹੀ ਮੈਂ ਰੇਹੜੀ ਅੰਦਰ ਕਰ ਲਈ ਆ, ਅਤੇ ਗੋਹਾ ਗੋਹਾ ਇਕੱਠਾ ਕਰ ਦਿੱਤਾ ਵਾ, ਹੁਣ ਮੈਂ ਗੋਹਾ ਲਾਦਾ ਵਾਂ, ਅਤੇ ਬਾਕੀ ਹੁਣ ਮਿਲਦਾ ਗੋਹਾ ਗੋਹਾ ਲਾ ਕੇ। ਬਾਕੀ ਅਲੀ ਮੈਂ ਰਾਤੀ ਪਾਣੀ ਲਾਇਆ ਵਾ, ਆਹ ਹੁਣੀ ਆਇਆ ਅੱਧਾ ਘੰਟਾ ਪਹਿਲਾਂ, 7 ਵਜੇ ਗਏ, ਸਾਢੇ ਵੀ 6 ਆਇਆ ਵਾ, ਕਿਉਂਕਿ ਪਾਣੀ ਬਹੁਤ ਆਉਂਦੇ ਆ ਜਿਹੜੀ ਆਪਾਂ ਹੋਦ ਵਾੜ ਤਿਆਰ ਕਰਨੀ ਆ, ਉਹ 'ਚ ਪਾਣੀ ਪੈ ਜਾਂਦਾ, ਉੱਥੇ ਫਿਰ ਰਿਹਾ ਸੀਗਾ ਵੀ ਇਕੱਲੇ ਬੰਦੇ ਕੋਲ ਪਾਣੀ ਨਹੀਂ ਸੰਭਾਲ ਹੁੰਦਾ, ਇਸ ਕਰਕੇ ਨਾ ਫਿਰ ਜਿਹੜਾ ਵੀ ਪਾਣੀ ਲਾਉਣ ਆਇਆ ਫਿਰ ਅਲੀ ਵੀ ਉੱਥੇ ਰਿਹਾ, ਵੀ ਆਪਣਾ ਪਾਣੀ ਮੁੱਕ ਗਿਆ ਸੀ, ਉਸ ਤੋਂ ਬਾਅਦ ਵੀ ਅਲੀ ਵੀ ਉੱਥੇ ਰਿਹਾ ਕਿਉਂਕਿ ਆਪਣੇ ਦੁਆਰ 'ਚ ਫਿਰ ਪਾਣੀ ਪੈ ਜਾਣਾ ਸੀਗਾ। ਅਤੇ ਬਾਕੀ ਹੁਣ ਅਲੀ ਭੈਣ ਨੂੰ ਸੌਂ ਜਾਣਾ ਵਾ ਰੋਟੀ ਰੋਟੀ ਖਾ ਕੇ, ਅਤੇ ਆਪਾਂ ਹੁਣ ਜਾ ਕੇ ਪੱਠੇ ਲਿਆਉਂਦੇ ਹਾਂ, ਅਤੇ ਅੱਬੂ ਚੱਲ ਗਏ ਮੱਝਾਂ ਲੈ ਕੇ, ਅਤੇ ਕਈ ਵੀ ਲੈ ਕੇ ਜਾਣੀ ਆ, ਥੋੜ੍ਹਾ ਜਿਹਾ ਪਾਣੀ ਪੈ ਗਿਆ ਹੁਣ, ਪਤਾ ਨਹੀਂ ਕਿਹੜੇ ਦੁਆਰ 'ਚ ਪਿਆ, ਅਲੀ ਵੀ ਦੱਸਣ ਦਿਆ ਸੀਗਾ ਅੱਬੂ ਨੂੰ, ਅਤੇ ਪਾਣੀ ਵੀ ਕੱਢਣਾ ਥੋੜ੍ਹਾ ਜਿਹਾ ਜਾ ਕੇ, ਅਤੇ ਹੁਣ ਮਿਲਦਾ ਗੋਹਾ ਲੱਦ ਕੇ। ਬਾਕੀ ਬੱਲੀਆਂ ਬੁੱਲੀਆਂ ਪਹਿਲੀਆਂ ਬਾਲੀਆਂ ਸੀਗੀਆਂ, ਦਾਤਰ ਤੇ ਰੇਤੀ ਵੀ ਮਾਰ ਦਿੱਤੀ ਸੀਗੀ ਸਵੇਰੇ, ਐਂ ਸੀ ਨਹੀਂ ਧਾਰਾਂ ਕੱਢਣ, ਅੱਬੂ ਨਾਲ ਧਾਰਾਂ ਕੱਢਣ, ਉਦੋਂ ਮੈਂ ਫਿਰ ਸਾਰਾ ਸਮਾਨ ਇਕੱਠਾ ਕਰ ਗਿਆ ਸੀਗਾ, ਆਹ ਬੱਲੀਆਂ ਬੁੱਲੀਆਂ ਬੰਨਤੀਆਂ ਸੀਗੀਆਂ, ਅਤੇ ਦਾਤੋਂ ਰੇਤੀ ਵੀ ਮਾਰਤੀ ਸੀਗੀ, ਅਤੇ ਹੁਣ ਬਸ ਗੋਹਾ ਲੱਦਣਾ ਵਾ, ਗੋਹਾ ਲੱਦਣ ਤੋਂ ਬਾਅਦ ਆਪਾਂ ਮੇਰਾ ਬੀਜਾ ਜਾਣਾ, ਮੈਂ ਪਿਆ ਗੋਹਾ ਲੱਦਣਾ ਵਾ। ਬਾਕੀ ਬੱਲੀਆਂ ਬੁੱਲੀਆਂ ਬੰਨੀਆਂ ਵਾ, ਅੱਜ ਤੂੜੀ ਵੀ ਲਿਆਉਣੀ ਆ, ਆਹ ਕੁਛ ਪਰੀ ਇੱਥੇ ਪਈ ਸੀ ਕਿ ਕੱਲ੍ਹ ਉਹ ਖਾਲੀ ਕਰ ਦਿੱਤੀ ਆ ਹੁਣ, ਬਾਕੀ ਉਹ ਵਿੱਚ ਪਾਤੀ ਬੋਰੇ ਦੇ, ਅਤੇ ਬਾਕੀ ਹੁਣ ਮਿਲਦੇ ਹਾਂ ਗੋਹਾ ਲੱਦ, ਗੋਹਾ ਲੱਦ ਦਿੱਤਾ ਵਾ। ਅਤੇ ਜਦੋਂ ਅੱਗੇ ਸਰਦੀਆਂ ਸੀ ਨਾ, ਉਦੋਂ ਮੱਝਾਂ ਅੰਦਰ ਆ ਜਾਂਦੀਆਂ ਹੁੰਦੀਆਂ ਸੀਗੀਆਂ, ਅਤੇ ਅੰਦਰ ਵੀ ਗੋਹੇ ਦੀ ਇੱਥੇ ਢੇਰੀ ਲੱਗ ਜਾਂਦੀ ਸੀਗੀ, ਅਤੇ ਦੋ ਢੇਰੀਆਂ ਹੋਈਆਂ ਸੀ, ਕਿੱਥੇ ਢੇਰੀ ਹੋ ਜਾਂਦੀ ਸੀ ਕਿ ਇੱਕ ਢੇਰੀ ਬਾਹਰ ਹੋ ਜਾਂਦੀ ਸੀ, ਬਾਹਰ ਗੋਹਾ ਥੋੜ੍ਹਾ ਥੋੜ੍ਹਾ ਹੁੰਦਾ ਸੀਗਾ, ਅਤੇ ਅੰਦਰ ਗੋਹਾ ਬਹੁਤਾ ਹੋ ਜਾਂਦਾ ਸੀਗਾ। ਅਤੇ ਜਦੋਂ ਬਾਹਰੋਂ ਗੋਹੇ ਲੱਦ ਕੇ ਰੇਹੜੀ ਪਿੱਛੇ ਨੂੰ ਕਰੀ ਦੀ ਸੀ ਨਾ, ਉੱਥੋਂ ਗੋਹੇ ਲੱਦ ਕੇ ਪਿੱਛੇ ਨੂੰ ਕਰੀ ਸੌਖੀ ਹੋ ਜਾਂਦੀ ਸੀਗੀ, ਹੁਣ ਸਾਰੇ ਗੋਹੇ ਬਾਹਰ ਹੁੰਦਾ ਵਾ, ਜੋ ਬਾਹਰੋਂ ਗੋਹੇ ਲੱਦ ਕੇ ਨਾ ਇੱਥੋਂ ਸਾਰੇ ਲੱਦ ਕੇ ਪਿੱਛੇ ਨੂੰ ਕਰੋ ਨਾ, ਇੱਥੋਂ ਪੈਰ ਸਲਿੱਪ ਹੋ ਜਾਂਦਾ ਵਾ, ਬੰਦੇ ਦੀ ਲੱਬਾਜੀ ਪੈਣ ਲੱਗ ਜਾਂਦੀ ਹੈ, ਅਤੇ ਹੁਣ ਇੱਥੋਂ ਬੜਾ ਇਤਿਹਾਸ ਨਾਲ ਰੇਹੜੀ ਪਿੱਛੇ ਨੂੰ ਕਰਨੀ ਪੈਂਦੀ ਆ। ਬਾਕੀ ਹੁਣ ਮੈਂ ਚੱਲਦੇ ਸਿੱਧੇ ਰੱਬੇ ਚੱਲਦੇ ਹਾਂ, ਜਾ ਕੇ ਮੈਂ ਰੱਬੇ ਵਾਲਾ ਗੋਹੇ ਲੱਦਾ ਵਾਂ, ਅਤੇ ਅੱਜ ਧੁੱਪ ਵੀ ਉਹ ਹੀ ਨਿਕਲੀ ਆਈ, ਦੇਖਦੇ ਹੁਣ ਕੀ ਹਿਸਾਬ ਕਿਤਾਬ ਬਣਦਾ ਵਾ, ਬਾਕੀ ਮਿਲਦੇ ਹਾਂ ਰੱਬੇ ਜਾ ਕੇ। ਕਿਉਂਕਿ ਮੈਂ ਰੱਬੇ ਵਾਲਾ ਗੋਹਾ ਲੱਦ ਰਿਹਾ, ਮੱਝਾਂ ਬੱਜੀਆਂ ਵਾਂ, ਮੈਂ ਕਿਹਾ ਹੁਣ ਲਾ ਦਈਏ, ਬਾਕੀ ਅੱਬੂ ਜਾਂਦੇ ਕਮਾਲ ਵੱਢਣ, ਆਪਾਂ ਐਸੀ ਕਿੱਕਰ ਕੋ ਖਿਲਾੜ ਕੇ ਕਮਾਲ ਲੱਦ ਲੈਣਾ, ਉੱਧਰ ਢਵਾਈ ਬੜੀ ਪੈ ਜਾਂਦੀ ਆ, ਇੱਧਰ ਸਰੋਂ ਸੀ ਵੱਢ ਹੋ ਗਈ, ਇੱਥੋਂ ਰੇਹੜੀ ਲੰਘ ਜਾਣੀ, ਅਤੇ ਉਹ ਪਾਲੀ ਉੱਥੋਂ ਲਿਆ ਕੇ ਕਮਾਲ ਸੁੱਟ ਲਾਂਗੇ ਰੇਹੜੀ ਦੇ ਉੱਤੇ, ਬਾਅਦ ਚੋਂ ਇੱਧਰੋਂ ਲੈ ਜਾਂ ਘੁਮਾ ਕੇ ਉੱਧਰ, ਅਤੇ ਪੱਠੇ ਲੱਦ ਕੇ ਅਤੇ ਫਿਰ ਦੇ ਘਰ ਨੂੰ, ਅਤੇ ਬਾਕੀ ਹੁਣ ਮਿਲਦਾ ਗੋਹਾ ਗੋਹੇ ਲਾ ਕੇ। ਲੱਦ ਲਿਆ ਵਾ, ਅਤੇ ਰੇਹੜੀ ਜੋੜ ਲਈ ਅੱਗੇ ਖੋਲ੍ਹੀ ਸੀਗੀ, ਬਾਕੀ ਆਹ ਪੱਲੀਆਂ ਦਾ ਦਾਤਰ ਪਿਆ ਵਾ, ਇਹ ਚੱਕ ਲੈਂਦੇ ਹਾਂ ਜਾਂਦੇ ਹੋਏ, ਬਾਕੀ ਅੱਬੂ ਚੱਲ ਗਏ ਉਹ ਜਿੱਥੇ ਪੱਠੇ ਵੱਢਣੇ, ਅਤੇ ਮੈਂ ਉੱਥੋਂ ਰੇਹੜੀ ਘੁਮਾ ਲਿਆਉਂਦਾ, ਉੱਥੇ ਲਿਆ ਖਿਲਾਰਨਾ ਲੀਆਂ, ਫਿਰ ਜਾ ਕੇ ਪੱਠੇ ਵੱਢਦਾ, ਅਤੇ ਦਾਤਰ ਵੀ ਰੱਖ ਲਿਆ, ਪੱਲੀਆਂ ਵੀ ਰੱਖ ਲਈਆਂ ਵਾ, ਅਤੇ ਹੁਣ ਸਿੱਧੇ ਚੱਲਦੇ ਹਾਂ ਉਹ ਲੀਆਂ 'ਚ ਅੱਗੇ, ਅਤੇ ਉੱਥੇ ਖਿਲਾਰਨੇ ਰੇਹੜੀ, ਬਾਕੀ ਇੱਧਰੋਂ ਛੇਤੀ ਲੱਦ ਗਏ ਜਿੱਥੇ ਉਹ ਅੱਬੂ ਨੇ ਆਉਂਦੇ ਸਾਹਮਣੇ, ਜ਼ੂਮ ਕਰਕੇ ਦਿਖਾਉਂਦਾ, ਪਤਾ ਨਹੀਂ ਮੈਨੂੰ ਦਿਖਣ ਨਹੀਂ ਦੇ ਕੈਮਰੇ 'ਚ, ਬਾਕੀ ਜਿੱਥੇ ਅੱਬੂ ਆਉਂਦੇ ਆ ਨਾ, ਉੱਥੇ ਅੱਗੇ ਇੱਧਰੋਂ ਰੇਹੜੀ ਖਿਲਾਰੀ ਦੀ ਸਾਹਮਣੇ ਲੀਆਂ ਦੇ ਵਿੱਚ, ਅਤੇ ਜਿਹਨੇ ਫਿਰ ਜਿੱਥੇ ਇੱਕ ਆਉਂਦੀ ਸੀ ਭਰੀ, ਉਹਨੇ ਫਿਰ ਜਿੱਥੇ ਨਾ ਦੋ ਭਰੀਆਂ ਸੁੱਟ ਗਏ, ਅਤੇ ਆਪਾਂ ਵਿਹਲੇ ਹੋ ਗਏ ਹਾਂ ਕਮਾਦ ਲੱਦ ਕੇ, ਹੁਣ ਜਾ ਕੇ ਲੱਦਦੇ ਹਾਂ ਪੱਠੇ ਵੱਢ ਕੇ ਨਾ, ਫਿਰ ਲੱਦਦੇ ਹਾਂ, ਬਾਕੀ ਅੱਬੂ ਮਛੇ ਉੱਧਰੋਂ ਪਾਣੀ ਕੱਢਣ ਜਾਣ ਕੇ ਮੈਂ ਉੱਧਰ ਪੱਠੇ ਵੱਢ ਲਵਾਂ, ਬਾਕੀ ਹੁਣ ਮੈਂ ਰੇਹੜੀ ਘੁਮਾ ਖਿਲਾ ਲਵਾਂ, ਘੁਮਾ ਖਿਲਾ ਦਿੱਤੀ ਆ, ਅੱਬੂ ਉਹ ਸਾਹਮਣੇ ਪਾਣੀ ਪੂਣੀ ਸਿੱਧਾ ਕਰਦੇ ਆ, ਬਾਕੀ ਹੁਣ ਮੈਂ ਪੱਲੀਆਂ ਪੁੱਲੀਆਂ ਅੱਗੇ ਲਿਆ ਕੇ ਚੱਲਦਾ ਵਾਂ, ਅਤੇ ਜਾ ਕੇ ਉਹ ਸਾਹਮਣੇ ਪੱਠੇ ਵੱਢਦਾ ਵਾਂ, ਅਤੇ ਬਾਕੀ ਹੁਣ ਦੋਵਾਂ ਹੱਥੇ ਸਮਾਨ ਹੋਣਾ ਵਾ, ਮੈਂ ਚੱਲਦਾ ਪੱਠੇ ਵੱਢਦਾ ਜਾ ਕੇ, ਬਾਕੀ ਇੱਕ ਦੋ ਭਰੀਆਂ ਹੋ ਗਈਆਂ ਹੋਣੀਆਂ, ਅਤੇ ਹੁਣ ਇੱਧਰੋਂ ਵੱਢਦਾ ਵਾਂ, ਡਿੱਗੇ ਬੜੇ ਪੱਠੇ ਜੋ ਲਵਾਈ ਜਾਂਦੇ ਆ, ਅਤੇ ਬਾਕੀ ਅੱਬੂ ਤਾਂ ਹਜੇ ਤੱਕ ਨਹੀਂ ਆਏ ਹੈਗੇ, ਉੱਧਰ ਗਏ ਆ, ਅਤੇ ਬਾਕੀ ਹੁਣ ਦੇਖਦਾ ਕੀ ਹਿਸਾਬ ਕਿਤਾਬ ਬਣਦਾ, ਪੱਠੇ ਪੁੱਠੇ ਸਾਰੇ ਲੱਦ ਲਏ ਆ, ਮੈਂ ਦਾਤਰ ਦੂਤਰ ਚੱਕਣ, ਅਤੇ ਨਾਲੇ ਆ ਪੱਲੀਆਂ ਪਈਆਂ ਆਹ ਚੱਕ ਲਈਏ, ਅਤੇ ਅੱਬੂ ਗਏ ਸਾਹਮਣੇ ਤੂੜੀ ਪਾਉਣ, ਅੱਬੂ ਕਹਿੰਦੇ ਆ ਕੇ ਤੂੰ ਸਮਾਨ ਚੱਕ ਕੇ ਲੈ ਜਾ, ਅਤੇ ਮੈਂ ਤੂੜੀ ਪਾ ਲਵਾਂ, ਅਤੇ ਬਾਕੀ ਉਹ ਸਾਹਮਣੇ ਪੱਠੇ ਲੱਦੇ ਆ, ਮੈਂ ਅੱਛਾ ਖਿਲਾ ਰਿਹਾ, ਮੈਂ ਕਿ ਪਿਸ਼ਾਬ ਪਿਸ਼ੂਬ ਕਰ ਲਵੇ, ਬਾਕੀ ਉਹ ਫੱਟਾ ਚੱਕਣਾ ਇੱਕ ਹੱਥ 'ਚ, ਨਹੀਂ ਤਾਂ ਮੈਂ ਵੈਲ ਵੀਡੀਓ ਬਣਾਉਂਦੇ ਚੱਲ ਜਾਣਾ ਸੀ, ਬਾਕੀ ਹੁਣ ਮੈਂ ਸਮਾਨ ਸਮੂਨ ਲਿਆ ਕੇ ਰੇਹੜੀ ਘੁਰਾਖਦਾ ਵਾਂ, ਅਤੇ ਅੱਬੂ ਫਿਰ ਉਹ ਜਿਹੜੀ ਉੱਤੇ ਭਰੀ ਪਈ ਨਾ ਉਹ ਖੋਲ੍ਹ ਕੇ ਉੱਤੇ ਖਿਲਾਰ ਦੇਣੀ ਹੈ, ਕਿਉਂਕਿ ਫਿਰ ਉੱਦਾਂ ਤੂੜੀ ਦੀ ਵੰਡ ਨਹੀਂ ਆਉਣੀ ਹੈਗੀ, ਬਾਕੀ ਹੁਣ ਮੈਂ ਸਮਾਨ ਲੈ ਕੇ ਜਾਂਦਾ ਅਤੇ ਜਾ ਕੇ ਫਿਰ ਖਿਲਾਰ ਦਿੰਦਾ ਵਾਂ, ਪੱਠੇ ਪੁੱਠੇ ਲੱਦੇ ਗਏ ਆ, ਇੱਕ ਭਰੀ ਉੱਤੇ ਖੋਲ੍ਹ ਦਿੱਤੀ ਜਿਹੜੀ ਕਹਿੰਦੇ ਹਾਂ, ਉਹ ਸੀਗੀ ਬੱਚੇ ਦੇ ਨੱਥ ਵਾਲੇ ਰੱਸੇ 'ਚ ਪਾਈ ਰੈਸ ਦੇ ਵਿੱਚ, ਇਹ ਬੰਨ ਦਿੱਤਾ ਬੱਚੇ ਨੂੰ, ਬਾਕੀ ਹੁਣ ਉੱਤੇ ਭਰੀ ਆਏ ਨਹੀਂ ਤੂੜੀ ਦੈਨ ਟਿੱਕ ਜਾਣੀ, ਬਾਕੀ ਅੱਬੂ ਪਾਉਂਦੇ ਆ ਤੂੜੀ, ਤੂੜੀ ਥਾਲੀ ਪਾ ਲੈਣਾ ਅੱਬੂ, ਅਤੇ ਫਿਰ ਰੇਹੜੀ ਜੋੜ ਕੇ ਨਾ ਉਹ ਅਗਲੀ ਵੱਟ ਕੋਲ ਲੈ ਜਾਂਦੇ ਹਾਂ ਸਾਹਮਣੇ ਕੋਲ, ਬਾਕੀ ਕਣਕ ਨਾ ਅੱਗੇ ਸਹੀ ਸੀਗੀ, ਹੁਣ ਦੁਬਾਰਾ ਬਾਅਦ 'ਚੋਂ ਡਿੱਗੀ, ਪਤਾ ਨਹੀਂ ਕੀ ਹਿਸਾਬ ਕਿਤਾਬ ਹੋਇਆ ਵਾ, ਬਾਕੀ ਇੱਥੋਂ ਤਾਂ ਥੋੜ੍ਹੀ ਜਿਹੀ ਪਹਿਲੀ ਡਿੱਗੀ ਸੀ, ਜਿੱਦਾਂ ਹਵਾ ਚੱਲੀ ਸੀ, ਬਾਕੀ ਹੁਣ ਥੋੜ੍ਹਾ ਥੋੜ੍ਹਾ ਅੱਗੇ ਡਿੱਗੀ ਆਉਂਦੇ ਹੀ ਹੈ, ਅਤੇ ਵੇਖੋ ਕੀ ਬੰਦਾ ਉਹ ਪਾਲੀ ਤਾਂ ਆਪਣੀ ਫਿਲਹਾਲ ਬਚੀ, ਅਤੇ
ਬਹੁਤ ਥੋੜ੍ਹੀ ਤਾੜੀ ਪਾਲਣ ਫਿਰ ਚੱਲਦੇ ਹਾਂ। ਬਾਕੀ ਅਲੀਆਂ ਦੇ ਵਿੱਚ ਸੁੱਕੀਆਂ ਫਿਰ ਇੱਥੇ ਮਾੜਾ ਮਾੜਾ ਟੁੱਟਾ ਲਾਉਣਾ ਪੈਣਾ, ਨਹੀਂ ਤਾਂ ਜੋ ਰੇੜੀ ਦਾ ਟਾਇਰ 'ਚ ਵੜ ਦੇਣਾ ਔਰ ਦੂਜਾ ਵੈਰਿੰਗ ਟੁੱਟ ਜਾਂਦਾ ਵਾ, ਅਤੇ ਵੈਰਿੰਗ ਜੇ ਟੁੱਟ ਦੇਣਾ ਫਿਰ ਬੜਾ ਸਿਆਪਾ ਜਿਹਾ ਪੈ ਜਾਂਦਾ ਵਾ, ਫੈਸਲਾ ਬਹੁਤ ਜਾ ਕੇ ਵੈਰਿੰਗ ਲਿਆਉਣੇ ਪੈਂਦੇ ਫਿਰ। ਅਤੇ ਬਾਕੀ ਹੁਣ ਮਿਲਦਾ ਥੋੜ੍ਹੀ ਤਾੜੀ ਲੱਦ ਕੇ, ਆਪੋ ਤੂੜੀ ਪਾਉਂਦੇ ਆ, ਆਪੋ ਆਵਾਜ਼ ਮਾਰਦੇ ਆ, ਅਤੇ ਫਿਰ ਨਾ ਰੇੜੀ ਅੱਗੇ ਲੈ ਚੱਲਦਾ ਜੋੜ ਕੇ। ਬਾਕੀ ਸਮਾਨ ਸਮੂਨ ਐਨ ਫਿੱਟ ਕਰ ਦਿੱਤਾ ਉੱਤੇ, ਇਹ 'ਚ ਟੋਕਾ ਟੁਕਾ ਵਾ ਥੱਲੇ ਨੂੰ ਡਿੱਗ ਜਾ, ਡਿੱਗਣਾ ਨਹੀਂ ਇੱਥੇ ਤੂੜੀ ਆਈ ਨਹੀਂ ਉੱਤੇ, ਬਾਕੀ ਸੋਟੀ ਪਈ ਪਿੱਛੇ। ਅਤੇ ਅੱਬੂ ਜਾਂਦੇ ਪਾਣੀ ਦੇਖਣ, ਉਹ ਪਰਾਂ ਖਾਲਾ ਹਾ ਜਿਹੜੇ ਤਿੰਨ ਕਿੱਕਰਾਂ ਨਜ਼ਰ ਆਉਂਦੀਆਂ ਟਾਲੀਆਂ, ਇਹਨਾਂ ਦੇ ਸਾਈਡ ਤੋਂ ਖਾਲਾ ਲੰਘਦਾ ਵਾ ਪਿੰਡ ਵੱਲ ਨੂੰ, ਉੱਧਰ ਨੂੰ ਪਾਣੀ ਜਾਂਦੇ। ਅੱਬੂ ਕਹਿੰਦੇ ਮੈਂ ਦੇਖ ਲਵਾਂ ਉਹ ਜੇ ਝੰਬਾ ਕਮਾਲ ਲਾਉਣਾ ਨਾ ਉਹਦੇ ਵਿੱਚ ਪਾਣੀ ਨਾ ਪੈ ਜਾਵੇ। ਅਤੇ ਬਾਕੀ ਤੂੜੀ ਰੱਖ ਲਈ ਆ, ਅਤੇ ਹੁਣ ਚੱਲਦਾ ਸੀ ਪਿੰਡ ਨੂੰ। ਹੁਣ ਹਵੇਲੀ ਆ ਗਿਆ ਵਾ, ਅੱਛਾ ਪਿੱਛੇ ਖਿਲਾਰਤਾ ਕਿਉਂ ਗਾਈ ਬੱਜੀ ਸੀ ਇੱਥੇ, ਇਹ ਖੋਲ੍ਹ ਕੇ ਉੱਥੇ ਕਰਤੀ ਆ, ਬਾਕੀ ਇਹਨੇ ਗੋਹਾ ਕੀਤਾ ਸੀ ਵਾਹ ਵੇ ਇੱਥੇ ਕੀਤਾ ਸੀ, ਬਹੁਤ ਉੱਥੇ ਚੱਕ ਕੇ ਉੱਥੇ ਸੁੱਟ ਦਿੱਤੇ ਗੋਹਾ। ਅਤੇ ਬਾਕੀ ਹੁਣ ਇਹਨੂੰ ਵੱਛੇ ਨੂੰ ਅੱਗ ਨੂੰ ਕਰਦਾ ਵਾ, ਵੈਪਰ ਮਾਰ ਲਵਾਂ ਪਹਿਲਾਂ ਥੱਲੇ ਨਾ ਪੱਠੇ ਡਿੱਗ ਪੈਂਦੇ ਆ, ਭਰੀ ਇੱਦਾਂ ਸੁੱਟਣ ਲੱਗੇ ਤਾਂ ਫਿਰ ਉਹ ਚੱਕ ਲਈਦੇ ਥੱਲੋਂ, ਗੰਦੇ ਹੋ ਜਾਣੇ, ਇਸ ਕਰਕੇ ਨਾ ਪਹਿਲਾਂ ਥੱਲੇ ਵੈਪਰ ਮਾਰ ਲਵਾਂ ਜਿੰਨੀ ਥਾਂ 'ਤੇ ਰੇਹੜੀ ਹੋਣੀ ਆ, ਉਹ ਤੋਂ ਬਾਅਦ ਫਿਰ ਰੇਹੜੀ ਅੱਗੇ ਕਰਕੇ ਪੱਠੇ ਲਾ ਕੇ ਮਿਲਦਾ ਵਾਂ। ਅਤੇ ਪੱਠੇ ਪੱਠੇ ਅਜੇ ਅੱਬੂ ਨੇ ਨਹੀਂ ਆਉਣਾ ਹੈਗਾ, ਅੱਬੂ ਕਹਿੰਦੇ ਮੈਂ ਨਾ ਨੱਕੇ ਨੁੱਕੇ ਜਿੱਥੇ ਪਾਣੀ ਪਿਆ ਸੀ ਨਾ ਉਹ ਅੱਬੂ ਨੇ ਥੋੜ੍ਹੀ ਟੋਕ ਖੋਲ੍ਹੀ ਸੀ ਪਾਣੀ ਨਿਕਲ ਜਾਵੇ ਕਮਾਦ ਵਾਲੀ ਪੈਲੀ 'ਚੋਂ, ਅਤੇ ਅੱਬੂ ਕਹਿੰਦੇ ਉਹ ਮੈਂ ਸਹੀ ਕਰਕੇ ਨਾ ਨੱਕੇ ਨੁੱਕੇ ਲਾ ਕੇ ਅਤੇ ਇੱਧਰ ਖਾਲਾ ਖੁਲਾ ਸਾਰੇ ਦੇਖ ਕੇ, ਅਤੇ ਹੋਰ ਇੱਕ ਦੋ ਟੋਕਾਂ ਉਹ ਬੰਦ ਕਰਕੇ ਫੇਰ ਆਊਂਗਾ, ਅਤੇ ਮੈਂ ਉਦੋਂ ਪੱਠੇ ਪੁੱਠੇ ਲਾ ਲੈਂਦਾ ਵਾਂ, ਅਤੇ ਇਹਨਾਂ ਨੂੰ ਪਾਣੀ ਪੂਣੀ ਡਾ ਕੇ ਅੰਦਰ ਕਰ ਦਿੰਦਾ, ਕਿਉਂਕਿ ਧੁੱਬੋ ਨਿਕਲੀ, ਕੱਲ੍ਹ ਵੀ ਧੁੱਬੋ ਨਿਕਲੀ ਸੀ, ਗਾਲੇ ਬਾਹਰ ਰਹਿਣ ਦਿੱਤੇ ਸੀਗੇ, ਅਤੇ ਫਿਰ ਇਹਨਾਂ ਨੂੰ ਅੰਦਰ ਕਰ ਦਿੰਦੇ ਹਾਂ। ਅਤੇ ਜੇ ਅੱਬੂ ਆ ਕੇ ਠੀਕ ਨੇ ਤਾਂ ਘਰ ਚੱਲ ਜਾਵਾਂਗੇ, ਫਿਰ ਆ ਕੇ ਬਾਅਦ ਪੱਠੇ ਕੁਤਰਵਾਂਗੇ। ਅੱਵਲ ਤਾਂ ਮੈਂ ਉਮੀਦ ਤਾਂ ਹੈਗੀ ਵੀ ਅੱਬੂ ਨੇ ਆ ਜਾਣਾ ਪੱਠੇ ਲਾਉਂਦੇ ਹਾਂ, ਅਤੇ ਬਾਕੀ ਹੁਣ ਮੈਂ ਮਿਲਦਾ ਪੱਠੇ ਪੁੱਠੇ ਲਾ ਕੇ, ਅਤੇ ਨਾਲੇ ਥੱਲੇ ਵੈਪਰ ਮਾਰ ਲੂੰਗਾ। ਬਾਕੀ ਪੱਠੇ ਲਾ ਦਿੱਤੇ ਆ, ਅਤੇ ਅੱਬੂ ਹਜੇ ਤੱਕ ਨਹੀਂ ਆਏ ਹੈਗੇ, ਬਾਕੀ ਰੇਹੜੀ ਬਾਹਰ ਕੱਢ ਦਿੰਦਾ, ਰੇਹੜੀ ਬਾਹਰ ਕੱਢ ਕੇ ਅਤੇ ਰੇਤੀ ਰੂਤੀ ਮਾਰ ਦਿੰਦਾ ਟੋਕੇ ਨੂੰ, ਰੇਤੀ ਮਾਰ ਕੇ ਜੇ ਤਾਂ ਬੂੰਦ ਕਰਾ ਕੇ ਠੀਕ ਨਹੀਂ ਤਾਂ ਇਹਨਾਂ ਨੂੰ ਪਾਣੀ ਡਾ ਕੇਣਾ, ਫਿਰ ਘਰ ਨੂੰ ਚੱਲਦਾ ਵਾਂ ਜਾਂ ਇਹਨਾਂ ਨੂੰ ਅੰਦਰ ਕਰ ਜਾਊਂ, ਅੰਦਰ ਹੀ ਕਰ ਜਾਂਦਾ ਉਹ ਗਾਈ ਸ਼ਾਮੇ ਉਹ ਖੜੀ ਆ, ਧੁੱਪ ਲੱਗਣ ਦੀ ਹੋਣੀ ਉਹਨੂੰ। ਅਤੇ ਜੇ ਅੱਬੂ ਆ ਗਏ ਰੇਤੀ ਮਾਰਨ ਤੋਂ ਬਾਅਦ ਟੋਕੇ ਨੂੰ, ਫਿਰ ਪੱਠੇ ਕੁੱਤ ਲਾਂਗੇ, ਜੇ ਨਾ ਆਏ ਫਿਰ ਇਹਨਾਂ ਨੂੰ ਪਾਣੀ ਡਾ ਕੇ ਅੰਦਰ ਕਰ ਦਾਂਗੇ, ਅਤੇ ਜੇ ਰੇਤੀ ਮਾਰਨ ਤੋਂ ਬਾਅਦ ਆ ਵੀ ਗਏ ਫਿਰ ਵੀ ਇਹਨਾਂ ਨੂੰ ਪਾਣੀ ਡਾ ਕੇ ਨਾ ਪੱਠੇ ਕੁੱਤਣ ਤੋਂ ਬਾਅਦ ਫਿਰ ਪਾਣੀ ਡਾ ਕੇ ਇਹਨਾਂ ਨੂੰ ਅੰਦਰ ਕਰ ਦੇਣਾ ਵਾ। ਅਤੇ ਹੁਣ ਮਿਲਦਾ ਮੈਂ ਰੇਡੀ ਰੂਟੀ ਬਾਹਰ ਕੱਢ ਕੇ, ਅਤੇ ਥੋੜ੍ਹਾ ਜਿਹਾ ਕੰਮ ਨਿਪਟਾ ਕੇ ਪੱਠੇ ਲਾ ਕੇ ਚੜ੍ਹਿਆ, ਹਾਂ ਹਟਿਆ ਸਾਹ ਚੜ੍ਹਿਆ ਵਾ, ਅਤੇ ਬਾਕੀ ਹੁਣ ਮਿਲਦਾ ਮੈਂ ਕੰਮ ਮੁਕਾ ਕੇ ਥੋੜ੍ਹਾ ਜਿਹਾ। ਬਾਕੀ ਰੇਤੀ ਮਾਰ ਦਿੱਤੀ ਹੈ, ਓਕੇ ਹੋ ਗਿਆ ਰੇਤੀ ਵਾਲਾ ਕੰਮ, ਅਤੇ ਬਾਕੀ ਪਾਣੀ ਵੀ ਡਾਲਤਾ, ਬਾਲਟੀ ਰੱਖ ਕੇ ਪਾਣੀ ਡਾ ਗਿਆ ਇੱਥੇ, ਅਤੇ ਗਾਈ ਨੇ ਤਾਂ ਪੀਤਾ ਨਹੀਂ, ਵੱਛੇ ਨੇ ਪੀਤੀ ਅੱਧੀ ਕੁ ਬਾਲਟੀ, ਅਤੇ ਆਹ ਮੈਂ ਵੈਪਰ ਮਾਰ ਦੇਵਾਂ ਇੱਥੇ, ਆਹ ਪਿਆ ਵੈਪਰ, ਅਤੇ ਵੈਪਰ ਮਾਰ ਕੇ ਨਾ ਫਿਰ ਮਿਲਦਾ ਵਾਂ। ਅੱਬੂ ਮੈਂ ਸੜਕ 'ਤੇ ਦੇਖ ਕੱਢਿਆ, ਅਜੇ ਮੇਰਾ ਦੂਰ ਦੂਰ ਤੱਕ ਨਹੀਂ ਨਜ਼ਰ ਆਉਂਦੇ ਸਕੂਲ ਤੱਕ, ਅਤੇ ਬਾਕੀ ਹੁਣ ਮਿਲਦਾ ਵੈਪਰ ਮਾਰ ਕੇ, ਆਹ ਜਿੰਨੇ ਵੈਪਰ ਤੋੜੇ ਮੈਂ ਹੀ ਤੋੜੇ ਆ, ਅੱਬੂ ਹੁਣ ਲਿਆਉਂਦੇ ਹੀ ਨਹੀਂ ਗੇ, ਅੱਬੂ ਕਹਿੰਦੇ ਤੋੜਦਾ ਰਹਿੰਦਾ, ਅਤੇ ਹੁਣ ਇਹਦੇ ਵਿੱਚ ਸੋਟੀ ਜਿਹੀ ਡਾਈ ਆ, ਇਹ ਵੀ ਕੰਮ ਚੰਗਾ ਦੇਈ ਜਾਂਦਾ ਵਾ, ਨਵੇਂ ਤੋਂ ਤਾਂ ਚੰਗਾ ਹੀ ਕੰਮ ਦਿੰਦਾ ਹੈ। ਬਾਕੀ ਹੁਣ ਮੈਂ ਮਿਲਦਾ ਵੈਪਰ ਮਾਰ ਕੇ, ਇੱਥੇ ਇੱਕ ਰੱਗੀ ਵੱਜਾ ਵਾ, ਪਰ ਆ ਪਿੱਛੇ ਇੱਕ ਵਾਰ ਫਿਰ ਮਾਰ ਦਿੰਦਾ ਪੱਠੇ ਪੁੱਠੇ ਜਿਹੜੇ ਹੈਗੇ ਇਕੱਠੇ ਕਰ ਦਿੰਦਾ ਉੱਥੇ, ਅਤੇ ਵੈਪਰ ਮਾਰ ਕੇ ਮਿਲਦਾ ਵਾ। ਪੱਠੇ ਕੁਤਰੇ ਗਏ ਆ, ਅੱਬੂ ਮੈਂ ਵੈਪਰ ਮਾਰ ਕੇ ਵੈਪਰ ਮਾਰਨ ਦਿਆਂ ਸੀਗਾ ਮੈਂ, ਉਹ ਗੇਟ ਦੇ ਕੋਲ ਨਾ ਇੱਥੋਂ ਸਾਰੇ ਹੀ ਮਾਰ ਗਿਆ ਸੀ, ਉਹ ਗੇਟ ਦੇ ਕੋਲ ਸੀਗਾ, ਉੱਧਰੋਂ ਅੱਬੂ ਆ ਗਏ, ਅੱਬੂ ਕਹਿੰਦੇ ਪੱਠੇ ਕੁਤ ਲਈਏ, ਫਿਰ ਮੈਂ ਵੈਪਰ ਉੱਥੇ ਇਕੱਠਾ ਕਰਤਾ ਗੋਇਆ ਸਾਰੇ ਵੈਪਰ ਮਾਰ ਕੇ, ਫਿਰ ਪੱਠੇ ਕੁਤਰ ਦਿੱਤੇ ਆ, ਫਿਰ ਪੱਠੇ ਕੁੱਤੋਂ ਤੋਂ ਬਾਅਦ ਜਿਹੜੇ ਇੱਥੇ ਖਿਲਰ ਜਾਂਦੇ ਆ ਨਾ, ਇਹ ਆਹ ਜਿਹੜੇ ਪੱਠੇ ਵੀ ਇੱਥੇ ਵੈਪਰ ਮਾਰੇ ਇਕੱਠੇ ਕਰ ਦਿੱਤੇ ਆ, ਬਾਕੀ ਤੂੜੀ ਇੱਧਰ ਖੁੱਲੀ ਪਈ ਸੀ ਇਹ ਵੀ ਜਾ ਕੇ ਇੱਥੇ ਰੱਖ ਦਿੱਤੀ ਆ, ਡਰੰਮ ਡਰੂਮ ਆਪਣੀ ਜਗ੍ਹਾ 'ਤੇ ਕਰਤੇ ਉਹ ਪਹਿਲਾਂ ਪਿਆ, ਡਰੰਮ ਇੱਥੇ ਕਰਤਾ ਵਾ, ਬਾਕੀ ਟੱਪ ਵੀ ਖਾਲੀ ਕਰਤਾ ਵੱਛੀ ਵਾਲਾ, ਵੱਛੀ ਅੱਗੇ ਢੇਰੀ ਕਰਤੇ ਪੱਠੇ, ਅਤੇ ਬਾਕੀ ਹੁਣ ਇਹਨਾਂ ਨੂੰ ਪਾਣੀ ਅੱਗੇ ਡਾਲਤਾ ਸੀ, ਹੁਣ ਇਹਨਾਂ ਨੂੰ ਕਰ ਦਿੰਦਾ ਅੰਦਰ। ਬਾਕੀ ਅੱਬੂ ਨੂੰ ਮੈਂ ਪੁੱਛਣਾ ਗਿਆ ਵੀ ਪੱਖਾ ਲਾਉਣਾ ਵਾ, ਅੱਬੂ ਕਹਿੰਦੇ ਹਜੇ ਰਹਿਣ ਦੇ ਪਵਾਂ, ਹਜੇ ਥੋੜ੍ਹਾ ਅੰਦਰ ਠੰਡਾ ਹੀ ਆ, ਅਤੇ ਸ਼ਾਮ ਦੁਪਹਿਰ ਨੂੰ ਲਾ ਦੂੰਗਾ ਆ ਕੇ ਨਾ, ਅੱਬੂ ਕਹਿੰਦੇ ਦੁਪਹਿਰ ਨੂੰ ਲਾ ਦੀ, ਬਾਕੀ ਉੱਤੋਂ ਧੁੱਪ ਧੁੱਪ ਵੀ ਆਉਂਦੀ ਥੱਲੇ, ਅਤੇ ਬਾਕੀ ਇਹਨਾਂ ਨੂੰ ਮੈਂ ਅੰਦਰ ਕਰ ਦੇਵਾਂ, ਨਾਲੇ ਪੈਰ ਪੂਰ ਧੋ ਲਵਾਂ ਪੱਠੇ ਫਸ ਗਏ ਪੈਰਾਂ 'ਚ, ਅਤੇ ਬਾਕੀ ਮਿਲਦਾ ਹੁਣ ਇਹਨਾਂ ਨੂੰ ਅੰਦਰ ਅੰਦਰ ਕਰਕੇ। ਅੱਬੂ ਚੱਲ ਗਿਆ ਘਰ ਨੂੰ, ਅੱਬੂ ਕਹਿੰਦੇ ਮੈਂ ਰੋਟੀ ਖਾ ਕੇ ਨਾ ਫਿਰ ਇੱਕ ਵਾਰੀ ਦੇਖਣ ਜਾਣਾ ਵਾ ਵੀ ਆਪਣੇ ਕਮਾਦ ਵਾਲੀ ਪੈਲੀ 'ਚ ਪਾਣੀ ਤਾਂ ਨਹੀਂ ਪੈਣ ਦਿਆ, ਜੇ ਉਹ 'ਚ ਪਾਣੀ ਪੈ ਗਿਆ ਨਾ ਫਿਰ ਆਪਣੀ ਜਿਹੜੀ ਆਪਾਂ ਤਿਆਰ ਕਰਨੀ ਪੈਲੀ ਉਹਦੇ ਵਿੱਚ ਪਾਣੀ ਪੈ ਜਾਣਾ, ਕਿਉਂਕਿ ਜਿਹੜਾ ਜਿਹ 'ਚ ਪਾਣੀ ਹੁਣ ਪੈ ਦਿਆ ਟੁੱਟ ਕੇ ਉੱਗੀ ਭਰੀ, ਰਾਤੀ ਵਾਲੀ ਵੀ ਭਰਿਆ ਸੀਗਾ, ਅਤੇ ਉਹਦੇ ਨਾਲ ਦੀ ਦੁਬਾਰ ਦੇ ਵਿੱਚ ਕਮਾਦ ਲਾਉਣਾ ਵਾ, ਅਤੇ ਜੇ ਉਹ ਉਹਦੇ ਵਿੱਚ ਭਰ ਕੇ ਨਾਲ ਦੀ 'ਚ ਪੈ ਕੇ ਵਾਹ ਦੇ ਵਿੱਚ ਫਿਰ ਕੰਮ ਖਰਾਬ ਹੋ ਜਾਣਾ, ਅੱਗੇ ਨਹੀਂ ਉੱਤਰ ਆਉਂਦੀ ਹੈਗੀ, ਅਤੇ ਇਸ ਕਰਕੇ ਅੱਬੂ ਹੁਣ ਰੋਟੀ ਖਾ ਕੇ ਫਿਰ ਚੱਲੇ ਉੱਥੇ, ਅਤੇ ਬਾਕੀ ਹੁਣ ਇਹਨਾਂ ਨੂੰ ਮੈਂ ਅੰਦਰ ਕਰ ਦਿੰਦਾ ਵਾਂ, ਫਿਰ ਪੈਰ ਪੂਰ ਧੋ ਲਵਾਂ। ਬਾਕੀ ਅੰਦਰ ਕਰ ਦਿੱਤੇ, ਬਾਹਰ ਹੈ ਨਹੀਂ, ਅਤੇ ਅੰਦਰ ਆ ਕੇ ਦੋਵੇਂ, ਅਤੇ ਬਾਕੀ ਹੁਣ ਚੱਲਦਾ ਘਰ ਨੂੰ।
ਪੈਰ ਪੂਰ ਵੀ ਧੋਲੇ ਆ, ਤੇ ਥੋੜ੍ਹਾ ਇੱਥੇ ਰੱਖ ਦਿੱਤਾ ਧੋ ਕੇ, ਥੋੜ੍ਹਾ ਧੋ ਕੇ ਇੱਥੇ ਰੱਖ ਦਿੱਤਾ, ਬਾਹਰ ਤੁਹਾਨੂੰ ਪਤਾ ਰਸਤਾ ਪਾੜ ਜਾਂਦਾ ਇਹਦਾ, ਅਤੇ ਹੁਣ ਚੱਲਦਾ ਮੈਂ ਘਰ ਨੂੰ, ਪਿਆਸ ਇੰਨੀ ਲੱਗੀ ਆ ਵੀ ਬੋਲ ਨਹੀਂ ਹੋਣ ਦਿਆ ਹੈਗਾ, ਗਲੇ 'ਚ ਆਵਾਜ਼ ਹੀ ਨਹੀਂ ਸਹੀ ਨਿਕਲ ਰਹੀ ਹੈ, ਅਤੇ ਬਾਕੀ ਹੁਣ ਮਿਲਦਾ ਸ਼ਾਮ ਨੂੰ, ਅਤੇ ਦੁਪਹਿਰ ਨੂੰ ਆ ਕੇ ਪੱਖਾ ਲਾ ਜੂੰਗਾ ਇਹਨਾਂ ਨੂੰ, ਅਤੇ ਸ਼ਾਮ ਨੂੰ ਮਿਲਦਾ ਹੁਣ ਪੱਠੇ ਪਾਉਣ ਲੱਗਾ, ਅਤੇ ਹੁਣ ਮੈਂ ਚੱਲਦਾ ਅੱਗੇ ਘਰ। ਬਾਕੀ ਹਵੇਲੀ ਆ ਗਿਆ, ਅਤੇ ਆਪੂ ਚੱਲ ਗਏ ਮੱਝਾਂ ਲੈਣ, ਦੁਪਹਿਰ ਦਾ ਟਾਈਮ, ਅਤੇ ਬਾਕੀ ਇਹ ਖੜ੍ਹੇ ਆ, ਅੱਗੇ ਆਪ ਹੀ ਖੜ੍ਹੇ ਆ, ਨਹੀਂ ਤਾਂ ਅੱਗੇ ਖੜ੍ਹੇ ਕਰਨੇ ਪੈਂਦੇ ਆ, ਹੁਣ ਵੇਖੋ ਗੋਹਾ ਕਿੰਨਾ ਬਰੀਕ ਕੀਤਾ ਵਾ, ਇਹ ਹੁਣ ਚੱਕਣ ਲੱਗੇ ਬੜਾ ਟਾਈਮ ਲੱਗਦਾ ਵਾ, ਇਸ ਕਰਕੇ ਜਦੋਂ ਬਾਹਰ ਹੁੰਦੇ ਆ ਨਾ ਉਸ ਟਾਈਮ ਚੱਕਿਆ ਜਾਂਦਾ ਗੋਹਾ, ਅਤੇ ਹੁਣ ਮਿਲਦਾ ਪੱਠੇ ਪੁੱਠੇ ਪਾ ਕੇ, ਅਤੇ ਇਹਨਾਂ ਨੂੰ ਬਾਹਰ ਕੱਢ ਕੇ, ਬਾਕੀ ਪੱਖਾ ਲਾਇਆ ਵਾ, ਪੱਖੇ ਨੇ ਬਾਹਰੋਂ ਸਾਰੀ ਗਰਮ ਹਵਾ ਅੰਦਰ ਕਰ ਦਿੱਤੀ, ਅੱਜ ਅੰਦਰ ਵੀ ਬੜਾ ਗਰਮ ਜਿਹਾ ਹੋਇਆ ਵਾ, ਅਤੇ ਹੁਣ ਮੈਂ ਮਿਲਦਾ ਪੱਠੇ ਪੁੱਠੇ ਪਾ ਕੇ। ਪਾ ਤੇ ਆ ਇਹ ਦੋਵੇਂ ਬਾਹਰ ਕੱਢ ਦਿੱਤੇ ਆ, ਬਾਕੀ ਹੁਣ ਚੱਕ ਦਿੰਦਾ ਗੋਹਾ ਟੋਕਰੀ 'ਚ ਪਾਉਣਾ ਵਾ, ਬਰੀਕ ਬਹੁਤ ਉਦੋਂ ਫੇਰੇ ਬਹੁਤ ਲੱਗਦੇ ਆ, ਰਾਹ ਡੁੱਲਦਾ ਜਾਂਦਾ ਫਿਰ, ਬਾਕੀ ਹੁਣ ਮਿਲਦਾ ਗੋਹਾ ਗੋਹਾ ਬਾਹਰ ਸੁੱਟ ਕੇ, ਨਾਲੇ ਵੈਪਰ ਮਾਰ ਕੇ ਥੋੜ੍ਹਾ ਕਿੱਥੇ ਇੱਧਰ ਪਿਆ ਥੋੜ੍ਹਾ, ਅਤੇ ਹੁਣ ਮਿਲਦਾ ਗੋਹਾ ਸੁੱਟ ਕੇ, ਬਾਕੀ ਗੋਹਾ ਚੱਕਤਾ ਵਾ ਅਤੇ ਵੈਪਰ ਵੀ ਮਾਰ ਦਿੱਤਾ ਵਾ, ਬਾਕੀ ਆ ਪੱਠੇ ਹਰੇ ਪਾਈਦੇ ਆ, ਗੋਹਾ ਬਰੀਕ ਬਹੁਤ ਕਰਦਾ, ਵੇਖਣਾ ਬੋਰਾ ਵੀ ਸਾਰਾ ਭਰ ਦਿੱਤਾ, ਛਿੱਟੇ ਖੁੱਲੀਆਂ 'ਤੇ ਪਾ ਦਿੰਦੇ, ਅਤੇ ਬਾਕੀ ਆਪੂ ਹਜੇ ਤੱਕ ਨਹੀਂ ਆਏ ਹੈਗੇ, ਦੇਖਦਾ ਕਿ ਨਹੀਂ ਦੇਰ ਤੱਕ ਆਉਂਦੇ ਆ, ਅਤੇ ਜਦੋਂ ਆਉਂਦੇ ਫਿਰ ਮੱਝਾਂ ਮੱਝਾਂ ਬੰਨ ਕੇ ਚੱਲਦੇ ਹਾਂ ਘਰ ਨੂੰ, ਅਤੇ ਬਾਕੀ ਮਿਲਦੇ ਹਾਂ ਫਿਰ ਸ਼ਾਮ ਨੂੰ, ਸ਼ਾਮ ਨੂੰ ਧਾਰਾਂ ਕੱਢਣ ਮਿਲਦੇ। ਹਵੇਲੀ ਆ ਗਿਆ ਅਤੇ ਲੱਗਾ ਹੁਣ ਪਾਣੀ ਡਾਉਣ, ਅਤੇ ਮਿਲਦਾ ਪਾਣੀ ਪੂਣੀ ਡਾ ਕੇ, ਅਤੇ ਪੱਠੇ ਪਾ ਕੇ, ਪੱਠੇ ਵੀ ਨਾਲ ਲੱਗਦੇ ਫਿਰ ਪਾ ਦਿੰਦਾ। ਗਾਈਂ ਦੀ ਧਾਰ ਕੱਢ ਲਈ ਆ, ਅਤੇ ਮੱਝ ਦੀ ਮੈਂ ਕੱਢ ਕੇ ਹਟੇ, ਗਾਈਂ ਦੀ ਲਿਬੇ ਕੱਢ ਕੇ ਹਟਿਆ ਵਾ, ਬਾਕੀ ਪੱਠੇ ਪੁੱਠੇ ਪਾ ਦਿੱਤੇ ਆ, ਅਤੇ ਆ ਟੀਕਾ ਡਾਕਟਰ ਰਹਿਮਾ ਦਾਦ ਕਢਾਉਣਾ ਤਾਂ ਹੈ ਬਾਈ, ਉਹ ਗੱਟਾ ਟੁੱਟ ਗਿਆ ਰਸਾ ਦਾ ਬਾਈ, ਫਿਰ ਜੂੰਗਾ ਲੱਗ ਗਿਆ ਬਾਈ, ਲੱਗਦਾ ਪਾਣੀ ਲਾਇਆ ਰਾਤ ਦਾ, ਨੀਂਦ ਨਹੀਂ ਪੂਰੀ ਹੋਈ ਹੈ ਨਾ, ਤਾਂ ਹੀ ਉਹਦਾ ਹੀ ਮਤਾ ਤਾਂ ਹੈਗਾ, ਕੱਢਣ ਰਸਾ ਦੜਾ ਲਿਆ, ਤੂੰ ਦੱਸ ਕਢਾਉਣਾ ਤੇ ਜੱਟ ਡਾਕਟਰ ਵਹਿਮਾ ਦਾ, ਮੈਂ ਤਾਂ ਮੱਝਾਂ ਮੱਝਾਂ ਦਾ ਵਹਿਮਾ ਦਾ ਧਿਆਨ ਨਹੀਂ, ਬਾਕੀ ਹੁਣ ਮਿਲਦੇ ਹਾਂ ਇਹਦੀ ਵੀ ਧਾਰ ਕੱਢ ਕੇ, ਅਤੇ ਪੱਠੇ ਪੁੱਠੇ ਪਾ ਦਿੱਤੇ ਸੀ ਪਾਣੀ ਡਾ ਕੇ, ਮੈਂ ਪਾਣੀ ਡਾਉਣ ਲੱਗਾ ਸੀ, ਅੱਬੂ ਆ ਗਿਆ, ਅੱਬੂ ਆ ਕੇ ਪਾਣੀ ਢਵਾ ਕੇ ਚਲੇ ਗਏ ਆ, ਅਤੇ ਮੈਂ ਪੱਠੇ ਪਾਉਂਦੇ ਹਾਂ, ਅਲੀਬੇ ਆ ਗਿਆ, ਅਲੀਬੇ ਨੇ ਫਿਰ ਇਹ ਮੱਛੀ ਚੰਘਾਈ ਆ, ਮੈਂ ਵਾਰੀ ਕੱਟਾ ਚੰਘਾ ਕੇ ਉਹਦੀ ਗਾਂ, ਉਹਦੀ ਧਾਰ ਕੱਢ ਲਈ ਮੱਝ ਦੀ, ਹੁਣ ਆ ਗਈ ਇਹਦੀ ਵਾਰੀ ਨਾਲ ਦੀ ਗਾਈਂ ਤੋਂ ਪਾਲੀ ਦੀ, ਇਹ ਫਿਰ ਧਾਰ ਧੁਰ ਚੋ ਕੇ ਫਿਰ ਚੱਲਦੇ ਹਾਂ ਪਿੰਡ ਨੂੰ, ਪਿੰਡ ਨੂੰ ਕਹਿਤਾ ਸੋਰੀ ਘਰ ਨੂੰ, ਧਾਰਾਂ ਕੱਢ ਲਈਆਂ, ਹੁਣ ਚੱਲੇ ਹਾਂ ਘਰ ਨੂੰ, ਸ਼ਾਮ ਨੂੰ ਮਿਲਦੇ ਹਾਂ। ਕੱਲ੍ਹ ਸ਼ਾਮੀ ਮੈਂ ਆ ਕੇ ਵਲੋਗ ਬਣਾਇਆ ਨਹੀਂ, ਅਤੇ ਬਾਕੀ ਹੁਣ ਮੈਂ ਆ ਬਣਾ ਦਿੰਦਾ ਵਾ, ਐਵੇਂ ਮੈਂ ਬਾਹਰ ਕੱਢਤੀਆਂ ਪੱਠੇ ਪਾ ਦਿੱਤੇ ਆ, ਅਤੇ ਅੱਬੂ ਗਏ ਮੱਝਾਂ ਲੈਣ, ਅਤੇ ਬਾਕੀ ਅੱਬੂ ਮੱਝਾਂ ਲਿਆਉਂਦੇ ਫਿਰ ਘਰ ਨੂੰ ਚੱਲਦੇ ਹਾਂ, ਅਤੇ ਬਾਕੀ ਕੱਲ੍ਹ ਸ਼ਾਮੀ ਇਸ ਕਰਕੇ ਮੈਂ ਥੋੜ੍ਹਾ ਜਿਹਾ ਕੰਮ ਪੈ ਗਿਆ ਸੀਗਾ, ਅਤੇ ਫਿਰ ਮੈਂ ਉਸ ਤੋਂ ਬਾਅਦ ਵਲੋਗ ਨਹੀਂ ਬਣਾਇਆ, ਸ਼ਾਮੀ ਫਿਰ ਪੱਠੇ ਆਇਆ, ਸ਼ਾਮੀ ਪਈ ਹਨੇਰੇ ਹੋਏ 8 ਵਜੇ ਆਇਆ ਵਾ, ਕਾਹਲੀ ਕਾਹਲੀ ਪੱਠੇ ਪਾ ਕੇ ਚੱਲ ਗਿਆ ਸੀਗਾ ਫਿਰ, ਅਤੇ ਬਾਕੀ ਫਿਰ ਮੈਂ ਵਲੋਗ ਵੀ ਨਹੀਂ ਬਣਾਇਆ, ਅਤੇ ਮੈਂ ਕਿਹਾ ਵਲੋਗ ਦੇ ਐਂਡ ਕਰ ਦਿੰਦੇ, ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ, ਸਬਸਕ੍ਰਾਈਬ ਨਹੀਂ ਤੁਸੀਂ ਕਰਦੇ।